ਜਲੰਧਰ ਦੇ ਮਾਡਲ ਟਾਊਨ ਵਿੱਚ ਇੱਕ ਮੰਦਰ ਵਿੱਚ ਇੱਕ ਵਿਅਕਤੀ ਨੂੰ ਕੁੱਟਣ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਕੁਝ ਮਹਿਲਾਵਾਂ ਇਸ ਵਿਅਕਤੀ ਨੂੰ ਕੁੱਟ ਰਹੀਆਂ ਹਨ। ਇਹਨਾਂ ਮਹਿਲਾਵਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਇਸ ਮਾਮਲੇ 'ਤੇ ਜਲੰਧਰ ਦੇ DCP ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਉਹ ਜਾਂਚ ਪੜਤਾਲ ਕਰ ਰਹੇ ਹਨ। ਦੇਖੋ, ਇੱਕ ਮੰਦਰ ਦੇ ਵਿੱਚ ਦੋ, ਇੱਕ ਰਾਧੇ ਸ਼ਾਮ ਹੈ ਅਤੇ ਇੱਕ ਸੱਤਿਆ ਪ੍ਰਕਾਸ਼, ਇਹਨਾਂ ਦੀਆਂ ਜਿਹੜੀਆਂ ਫੈਮਿਲੀਆਂ ਉੱਥੇ ਖੜੀਆਂ ਵਾ। ਇੱਕ ਰਾਜੀਵ ਠਾਕਰ ਹੈ, ਇਹ 12 ਤਰੀਕ ਨੂੰ 8:30 ਵਜੇ ਉੱਥੇ ਜਿਹੜਾ ਮੰਦਰ ਆਇਆ ਸੀਗਾ ਅਤੇ ਉੱਥੇ ਇਹਦੇ ਦੇ ਨਾਲ ਕਾਫੀ ਜ਼ਿਆਦਾ ਮਿਸਬਿਹੇਵ ਕੀਤਾ। ਉੱਧਰ ਅਦਰ ਵੀਡੀਓ ਆਪਾਂ ਵੇਖੀ ਹੈ, ਵੀਡੀਓ ਦੇ ਵਿੱਚ ਇਹਨੂੰ ਮਾਰਦੇ ਕੁੱਟ ਲਿਆ ਅਤੇ ਉਹ ਅਸੀਂ ਜਿਹੜਾ ਇਹਨਾਂ ਦੇ ਖਿਲਾਫ਼ FIR ਲੌਂਚ ਕੀਤੀ ਹੈ, 5 ਜਣਿਆਂ ਦੇ ਖਿਲਾਫ਼, ਰਾਧੇ ਸ਼ਾਮ ਅਤੇ ਸੱਤਿਆ ਪ੍ਰਕਾਸ਼, ਇੱਕ ਮੋਨਾ ਗਿੱਲ ਹੈ, ਕੰਚਨ, ਇੱਕ ਸੰਦੀਪ। ਇਹੀ 323, 341, 520, 120 ਦੀ ਜਿਹੜੀ FIR ਦਰਜ ਕਰਕੇ ਅਤੇ ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ ਜੀ। ਲੇਡੀਜ਼ ਵੱਲੋਂ ਕੀ ਮਾਮਲਾ ਦਰਜ ਕੀਤਾ ਗਿਆ? ਦੇਖੋ, ਲੇਡੀ ਨੇ ਵੀ ਜਿਹੜਾ ਐਲੀਗੇਸ਼ਨ ਲਾਇਆ ਉਹ ਵੀ ਅਸੀਂ ਜਿਹੜਾ ਉਹਦੀ ਅੱਜ ਹੀ ਉਹਨਾਂ ਨਾਲ ਗੱਲ ਹੋਈ ਆ, ਇਨਵੈਸਟੀਗੇਸ਼ਨ ਅਫਸਰ ਨਾਲ, ਵੀ ਇਹਦੀ ਵੀ DDR ਪਾ ਕੇ ਇਹਦਾ ਵੀ ਇਹਦਾ ਕ੍ਰੋਸ ਕੇਸ ਜੋ ਬੰਦਾ ਉਹ ਕਰਕੇ ਤਫਤੀਸ਼ ਕਰੋ ਜੀ, ਪ੍ਰੋਪਰ ਵੈਰੀਫਾਈ ਕਰੋ ਸਾਰਾ। ਸਰ ਕੋਈ ਗ੍ਰਿਫਤਾਰ ਹੋਇਆ ਜੀ? ਨਹੀਂ, ਤਾਂ ਕੋਈ ਗ੍ਰਿਫਤਾਰ ਨਹੀਂ ਹੋਇਆ ਸਰ, ਅਜੇ ਤੱਕ ਤਫਤੀਸ਼ ਕਰ ਰਹੇ ਹਾਂ। ਲੇਡੀਜ਼ ਦਾ ਕਹਿਣਾ ਕਿ ਮੈਂ ਕਮਰੇ 'ਚ ਇਕੱਲੀ ਸੀ ਅਤੇ ਕੈਸ਼ੀਅਰ ਨੇ ਆਣ ਕੇ ਕੁਛ ਦੇ ਨਾਲ। ਦੇਖੋ, ਕੈਸ਼ੀਅਰ ਨੇ ਇਹਨਾਂ ਦਾ ਕਸ਼ਮਕਸ਼ ਚੱਲਣ ਦਿਆ ਪਿਆ, ਕਿਉਂਕਿ ਅੰਦਰ ਇਹਨਾਂ ਦੀ ਕਮੇਟੀ ਨੇ ਬਿਜਲੀ ਦਾ ਕਨੈਕਸ਼ਨ ਘਟਾ ਦਿੱਤਾ ਸੀ, ਇਹ ਬਿੱਲ ਨਹੀਂ ਦਿੰਦੇ। ਲੇਕਿਨ ਉਹ ਆਪਾਂ ਸਾਰਾ ਵੈਰੀਫਿਕੇਸ਼ਨ ਕਰਕੇ ਹੀ ਫਿਰ ਦੱਸਾਂ ਕੀ ਗੱਲ। ਵੀਡੀਓ ਵਾਇਰਲ ਹੋਈ ਹੈ ਕਿਹਦੇ ਵਿੱਚ ਲੇਡੀਜ਼ ਇੱਕ ਕੈਸ਼ੀਅਰ ਨੂੰ ਕੁੱਟਦੀ ਵੀ ਹੈ। ਉਹੀ ਉਸ ਮਾਮਲੇ 'ਚ ਹੀ ਆਪਾਂ ਪਰਚਾ ਦਰਜ ਕੀਤਾ ਹੈ, Division No. 6 ਦੇ ਵਿੱਚ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜੀ ਉਹ ਕੈਸ਼ੀਅਰ ਉਹ ਠੀਕ ਹੈ? ਨਹੀਂ, ਠੀਕ ਨਹੀਂ ਆਪਾਂ ਕਹਿ ਸਕਦੇ, ਤਫਤੀਸ਼ ਕਰ ਰਹੇ ਹਾਂ, ਉਹਦੇ ਵਿੱਚ ਵੇਖਾਂਗੇ ਵੀ ਕੀ ਉਹਦੇ ਵਿੱਚ ਕਾਰਨ ਕੀ ਹੈ ਇਹਦਾ, ਜਿਹੜਾ ਲੜਾਈ ਦਾ।